An apple a day keeps the doctor away. ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ, ਪਰ ਸਾਡੇ ਵਿੱਚੋਂ ਜ਼ਿਆਦਾਤਰ ਅਕਸਰ ਡਾਕਟਰ ਦੀ ਐਡਵਾਈਸ ਤੇ ਹੀ ਐਪਲ ਖਾਣਾ ਸ਼ੁਰੂ ਕਰਦੇ ਨੇ। ਜਦੋਂ ਡਾਕਟਰ ਕਹਿੰਦੇ ਨੇ ਕਿ ਤੁਹਾਨੂੰ ਫਲਾਣੀ ਫਲਾਣੀ ਹੈਲਥ ਪ੍ਰੋਬਲਮ ਹੋ ਗਈ ਹੈ ਤਾਂ ਹੁਣ ਤੁਸੀਂ ਡੇਲੀ ਇੱਕ ਐਪਲ ਜ਼ਰੂਰ ਖਾਣਾ ਹੈ। ਪਰ ਇਹ ਨੌਬਤ ਹੀ ਕਿਉਂ ਆਵੇ? ਇਸ ਲਈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਐਪਲ ਫਰੂਟ ਬੈਨੀਫਿਟਸ, ਯਾਨੀ ਕਿ ਸੇਬ ਖਾਣ ਦੇ ਕੀ ਫਾਇਦੇ ਨੇ। ਇਹ ਤਾਂ ਅਸੀਂ ਸਾਰੇ ਵੈਸੇ ਜਾਣਦੇ ਹੀ ਹੁੰਦੇ ਹਾਂ ਕਿ ਸੇਬ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ, ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਢੇਰ ਸਾਰੇ ਸਵਾਲਾਂ ਦੇ ਜਵਾਬ ਵੀ ਮਿਲਣਗੇ ਸੇਬ ਖਾਣ ਨੂੰ ਲੈ ਕੇ। ਜਿਵੇਂ ਕਿ ਕੀ ਸਵੇਰੇ ਖਾਲੀ ਪੇਟ ਸੇਬ ਖਾਣ ਦੇ ਫਾਇਦੇ ਹੁੰਦੇ ਨੇ ਜਾਂ ਨਹੀਂ ਹੁੰਦੇ, ਕੀ ਦੁੱਧ ਪੀਣ ਦੇ ਨਾਲ ਸਾਨੂੰ ਸੇਬ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ, ਕੀ ਰਾਤ ਨੂੰ ਸੇਬ ਖਾਣਾ ਚਾਹੀਦਾ ਹੈ ਜਾਂ ਨਹੀਂ, ਜਾਂ ਫਿਰ ਸੇਬ ਦਾ ਰਸ ਸਾਨੂੰ ਕਦੋਂ ਪੀਣਾ ਚਾਹੀਦਾ ਹੈ, ਸੇਬ ਖਾਣ ਤੋਂ ਬਾਅਦ ਸਾਨੂੰ ਕੀ ਕੁਝ ਨਹੀਂ ਖਾਣਾ ਚਾਹੀਦਾ, ਕੀ ਪੱਥਰੀ ਵਿੱਚ ਸੇਬ ਖਾਣ ਦੇ ਫਾਇਦੇ ਹੁੰਦੇ ਨੇ, ਤੇ ਨਾਲ ਹੀ ਗਰਭ ਅਵਸਥਾ ਵਿੱਚ ਸੇਬ ਕਦੋਂ ਖਾਣਾ ਚਾਹੀਦਾ ਹੈ। ਸੋ ਤੁਸੀਂ ਸਮਝ ਹੀ ਗਏ ਹੋ ਕਿ ਅੱਜ ਦੇ ਹੈਲਥ ਪੋਡਕਾਸਟ ਦੇ ਵਿੱਚ ਤੁਹਾਨੂੰ ਸੇਬ ਬਾਰੇ ਬਹੁਤ ਸਾਰੀਆਂ ਖਾਸ ਗੱਲਾਂ ਬਾਰੇ ਜਾਣਨ ਨੂੰ ਮਿਲੇਗਾ। ਤੁਸੀਂ ਬਣੇ ਹੋਏ ਹੋ ਜੀ ਹੈਲਥ ਪੋਡਕਾਸਟ ਵਿੱਚ ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ। ਪਰ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਐਪਲ ਦੇ ਢੇਰ ਸਾਰੇ ਬੈਨੀਫਿਟਸ ਦੱਸਾਂ, ਪਹਿਲਾਂ ਆਪਾਂ ਸੁਣਾਂਗੇ ਅੱਜ ਦਾ ਵਿਚਾਰ। ਵਕਤ ਨੇ ਬੀਤਣਾ ਹੀ ਹੈ, ਹੱਸਦਿਆਂ ਵੀ ਤੇ ਰੋਂਦਿਆਂ ਵੀ, ਫਿਰ ਕਿਉਂ ਨਾ ਹਰ ਇੱਕ ਪਲ ਨੂੰ ਆਪਾਂ ਹੱਸ ਕੇ ਬਿਤਾਈਏ। ਵਾਕਈ ਸਾਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ, ਤਾਂ ਪੋਜ਼ਿਟਿਵ ਰਵਾਂਗੇ, ਖੁਸ਼ ਰਹਾਂਗੇ ਤਾਂ ਜ਼ਿੰਦਗੀ ਵਿੱਚ ਸਾਨੂੰ ਢੇਰ ਸਾਰੇ ਚੰਗੇ ਚੰਗੇ ਮੌਕੇ ਵੀ ਮਿਲਦੇ ਰਹਿੰਦੇ ਨੇ ਜ਼ਿੰਦਗੀ ਨੂੰ ਹੋਰ ਖੁਸ਼ਨੁਮਾ ਬਣਾਉਣ ਦੇ ਲਈ। ਅਤੇ ਬਾਕੀ ਜਿਵੇਂ ਮੈਂ ਅਕਸਰ ਕਹਿੰਦੀ ਹੀ ਰਹਿੰਦੀ ਹਾਂ ਕਿ ਸਾਨੂੰ ਚੰਗੀਆਂ ਆਪਣੀ ਈਟਿੰਗ ਹੈਬਿਟਸ ਰੱਖਣੀਆਂ ਚਾਹੀਦੀਆਂ ਨੇ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਹੈਲਦੀ ਲਾਈਫ ਦੇਣ ਦੇ ਲਈ। ਸੋ ਚੰਗਾ ਖਾਓ ਅਤੇ ਸਭ ਨੂੰ ਚੰਗਾ ਖਵਾਓ। ਅਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਐਪਲ ਬੈਨੀਫਿਟਸ ਦੀ। ਤਾਂ ਸੇਬ ਖਾਣ ਦਾ ਸਭ ਤੋਂ ਵੱਧ ਫਾਇਦਾ ਹੁੰਦਾ ਹੈ ਕਿ ਸੇਬ ਦਿਲ ਨੂੰ ਸਿਹਤਮੰਦ ਰੱਖਣ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਡੇ ਸਿਰ ਵਿੱਚ ਭਾਰੀ ਦਰਦ ਹੈ ਜਾਂ ਹਰ ਦਿਨ ਤੁਹਾਡਾ ਸਿਰ ਵਿੱਚ ਦਰਦ ਹੁੰਦਾ ਰਹਿੰਦਾ ਹੈ, ਤਾਂ ਤੁਹਾਨੂੰ ਹਰ ਰੋਜ਼ ਸਵੇਰੇ ਸੇਬ ਖਾਲੀ ਪੇਟ ਜ਼ਰੂਰ ਖਾਣਾ ਹੀ ਚਾਹੀਦਾ ਹੈ। ਨਾਲ ਦੀ ਨਾਲ ਦੰਦਾਂ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਣ ਲਈ ਸੇਬ ਖਾਣ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਨੇ। ਸੇਬ ਸਰੀਰ ਦਾ ਭਾਰ ਸਹੀ ਰੱਖਣ ਲਈ ਬਹੁਤ ਹੀ ਵਧੀਆ ਹੁੰਦਾ ਹੈ। ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਸੇਬ ਦਾ ਸੇਵਨ ਬਹੁਤ ਹੀ ਜ਼ਰੂਰੀ ਹੈ। ਸੇਬ ਖਾਣ ਨਾਲ ਕੈਂਸਰ ਦਾ ਵੀ ਖਤਰਾ ਘੱਟ ਜਾਂਦਾ ਹੈ। ਸੇਬ ਖਾਣ ਦੇ ਨਾਲ ਟਾਈਪ 2 ਸ਼ੂਗਰ ਦਾ ਵੀ ਖਤਰਾ ਘੱਟ ਜਾਂਦਾ ਹੈ। ਜੇ ਅਸੀਂ ਰੋਜ਼ ਸੇਬ ਖਾਵਾਂਗੇ ਤਾਂ ਸਾਡੀ ਡਾਈਜੈਸਟਿਵ ਸਿਸਟਮ ਜਿਹੜਾ ਹੈ, ਪਾਚਨ ਕਿਰਿਆ, ਉਹ ਵੀ ਠੀਕ ਰਹਿੰਦੀ ਹੈ। ਹਰ ਰੋਜ਼ ਸੇਬ ਖਾਣ ਦੇ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ ਅਤੇ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਸੇਬ ਦੀ ਤਰ੍ਹਾਂ ਲਾਲ ਲਾਲ ਹੋ ਜਾਂਦੀਆਂ। ਸੇਬ ਦਾ ਸੇਵਨ ਕਰਨ ਦੇ ਨਾਲ ਬਹੁਤ ਸਾਰੀਆਂ ਸਾਡੇ ਹੈਲਥ ਇਸ਼ੂਜ਼ ਔਰ ਟੌਕਸਿਨ ਸਾਡੀ ਬੋਡੀ ਤੋਂ ਬਾਹਰ ਨਿਕਲ ਜਾਂਦੇ ਨੇ। ਸੋ ਹੁਣ ਮੈਂ ਗੱਲ ਕਰਨ ਜਾ ਰਹੀ ਹਾਂ ਕਿ ਸਵੇਰੇ ਖਾਲੀ ਪੇਟ ਸੇਬ ਖਾਣ ਨਾਲ ਕੀ ਫਾਇਦਾ ਹੁੰਦਾ ਹੈ। ਹਰ ਰੋਜ਼ ਸਵੇਰੇ ਖਾਲੀ ਪੇਟ 'ਤੇ ਸੇਬ ਖਾਣ ਨਾਲ ਸਾਡੀ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਸੇਬ ਦੇ ਉੱਪਰ ਕਾਲਾ ਨਮਕ ਲਗਾ ਕੇ ਖਾਣ ਨਾਲ ਐਸੀਡਿਟੀ ਨਹੀਂ ਹੁੰਦੀ। ਜੇਕਰ ਤੁਹਾਡੇ ਸਿਰ ਵਿੱਚ ਹਰ ਰੋਜ਼ ਦਰਦ ਹੁੰਦਾ ਹੈ ਤਾਂ ਸਵੇਰੇ ਸੇਬ ਖਾਣ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਤੁਹਾਡਾ ਸਿਰ ਦਰਦ ਵੀ ਘੱਟਦਾ ਜਾਏਗਾ। ਹੁਣ ਗੱਲ ਕਰਦੇ ਹਾਂ ਦੁੱਧ ਅਤੇ ਸੇਬ ਖਾਣ ਨਾਲ ਕੀ ਹੁੰਦਾ ਹੈ। ਜੇ ਅਸੀਂ ਸੇਬ ਖਾਣ ਤੋਂ ਬਾਅਦ ਦੁੱਧ ਪੀਂਦੇ ਹਾਂ ਤਾਂ ਇਹ ਪੇਟ ਖਰਾਬ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਪਾਚਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਸਾਨੂੰ ਸੇਬਾਂ ਨਾਲ ਜਾਂ ਸੇਬ ਖਾਣ ਤੋਂ ਬਾਅਦ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ। ਕਿਹੜੇ ਵਿਟਾਮਿਨ ਸੇਬ ਖਾਣ ਨਾਲ ਸਾਨੂੰ ਮਿਲਦੇ ਨੇ ਤਾਂ ਗੱਲ ਕਰ ਲੈਂਦੇ ਹਾਂ। ਸੇਬ ਖਾਣ ਨਾਲ ਸਾਨੂੰ ਢੇਰ ਸਾਰੇ ਵਿਟਾਮਿਨਸ ਮਿਲਦੇ ਨੇ, ਐਂਟੀ ਆਕਸੀਡੈਂਟ, ਫਾਈਬਰ, ਵਿਟਾਮਿਨ ਬੀ ਅਤੇ ਵਿਟਾਮਿਨ ਸੀ ਸੇਬ ਦੇ ਵਿੱਚ ਪਾਏ ਜਾਂਦੇ ਨੇ, ਜੋ ਸਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ। ਅਗਲਾ ਸਵਾਲ, ਕੀ ਤੁਹਾਨੂੰ ਰਾਤ ਨੂੰ ਸੇਬ ਖਾਣਾ ਚਾਹੀਦਾ ਹੈ ਜਾਂ ਨਹੀਂ? ਜੇ ਤੁਸੀਂ ਵੀ ਸੋਚਦੇ ਹੋ ਕਿ ਸੇਬ ਨੂੰ ਰਾਤ ਨੂੰ ਖਾਵਾਂਗੇ ਤਾਂ ਸਾਡੇ ਲਈ ਚੰਗਾ ਹੋਵੇਗਾ ਜਾਂ ਨਹੀਂ ਹੋਵੇਗਾ, ਤਾਂ ਹੁਣ ਤੁਹਾਨੂੰ ਉਸਦਾ ਜਵਾਬ ਮਿਲਣ ਜਾ ਰਿਹਾ ਹੈ। ਸ਼ਾਮ ਨੂੰ ਸੇਬ ਖਾਣਾ ਸਾਡੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਨਾਲ ਗੈਸ ਅਤੇ ਕਬਜ਼ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਇਸ ਲਈ ਰਾਤ ਨੂੰ ਸੇਬ ਨਹੀਂ ਖਾਣਾ ਚਾਹੀਦਾ। ਤੁਹਾਨੂੰ ਸੇਬ ਦਾ ਜੂਸ ਕਦੋਂ ਪੀਣਾ ਚਾਹੀਦਾ ਹੈ? ਤਾਂ ਤੁਸੀਂ ਸਮਝ ਲਓ ਕਿ ਸੇਬ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਹੈ, ਇਸ ਲਈ ਸੇਬ ਦਾ ਰਸ ਹਰ ਰੋਜ਼ ਸਵੇਰੇ ਹੀ ਪੀਣਾ ਚਾਹੀਦਾ ਹੈ। ਪਰ ਚੰਗਾ ਰਹੇਗਾ ਜੇਕਰ ਤੁਸੀਂ ਰਸ ਪੀਣ ਦੀ ਜਗ੍ਹਾ
सेब खाओ क्योंकि सेब खाने दे नाल उसे विचो तुहानू फाइबर भी मिलता है। गर्भ अवस्था विच सेब कदों खाना चाहिदा है इसनू लैके भी सवाल अक्सर रहिंदे ने, तां इत्थे इस सवाल का जवाब भी तुहानू दे दिंदे आ कि गर्भ अवस्था विच नींद ना आउण या सौण दी आम समस्या रहिंदी है, इस विच सेब दा सेवन करना नींद नू वधाउण विच सहायता करदा है अते गर्भ अवस्था दौरान अनीमिया भी बहुत दिखाई देता है, इसलिए गर्भवती औरतों लई सेब बहुत ही ज़्यादा फायदेमंद हुंदा है। सेब खाने तो बाद सानू की कुछ नहीं खाना चाहिए इस गल का भी ध्यान जरूर रखना चाहिए। सो सेब खाने तो बाद कदे भी दूध ना पियो, सेब खाने के बाद पानी भी नहीं पीना चाहिए। जे तुसी सेब खाने तो बाद खट्टे फल खाओगे तो यह तुहाडे लई बिल्कुल सही नहीं है। मूली नू सेब खाने तो बाद कदे भी नहीं खाना चाहिए क्योंकि यह चमड़ी नाल जुड़िया समस्यावां भी पैदा कर सकता है। हुण सवाल है जी, पत्थरी विच सेब खाने दे की फायदे मिलते ने? तां दस दईए कि सेब का जूस पेट की पत्थरी गुलाउण दे विच बहुत ही फायदेमंद हुंदा है क्योंकि सेब के जूस का सेवन करन नाल पेट विच पत्थरी बनना बंद हो जाती है, इसलिए जेकर तुहानू भी पत्थरी की समस्या है तो सेब का जूस दिन विच 4 या 5 बार पीना जरूरी है। इस नाल पत्थरी हौली हौली गल के यूरिन दे जरिए बाहर आ जाती है। सो ढेर सारे गुणा दे नाल भरिया हुंदा है सेब, ता जरूर अपनी लाइफ दे विच डेली रूटीन दे विच एप्पल खान की आदत जरूर पाओ अते अपनी फैमिली नू भी चंगी ईटिंग हैबिट्स पाओ ते शुरुआत एप्पल तो ही क्यों ना करिए। सो ढेर सारियां खूबियां दा खजाना है एप्पल, ते अज दी वीडियो तुहानू चंगी लगी है इनफॉर्मेटिव लगी है ते इसनू लाइक एंड शेयर जरूर कर दिओ। सो जिथे आपां गल कर रहे हैं एप्पल बेनीफिट्स की, तो अनीमिया की बीमारी नू भी सेब जो है दूर करदा है। अनीमिया विच शरीर विच खून की कमी हो जाती है, इस नाल खून नहीं बनता ते हीमोग्लोबिन भी घट जाता है जिस कारण खून का रंग लाल हो जाता है। सेब विच आयरन हुंदा है जो हीमोग्लोबिन वधाउण दे विच मदद करदा है। जेकर तुसी रोजाना सेब नहीं खा सकदे हो तां इसनू कुछ दिनों तक रोजाना खाओ, तुहाडे शरीर विच आयरन की कमी दूर हो जाएगी अते अनीमिया भी दूर हो जाएगा। अगों गल करिए तां कोलेस्ट्रॉल नू भी इह घटांदा है। अजकल बहुत सारे लोगों दे विच घट उम्र दे विच भी असीं कहीए तां कोलेस्ट्रॉल की प्रॉब्लम देखी जाती है। सो सेब विच मौजूद फाइबर कोलेस्ट्रॉल नू भी घट करन विच मदद करदा है। ये फाइबर पेट की चर्बी नू पूरा करदा है अते कोलेस्ट्रॉल नू घटांदा है, यानी बहुत चंगे रिजल्ट सानू मिल सकते हैं। जेकर तुहानू कोलेस्ट्रॉल की प्रॉब्लम है तो तुसीं डेली एप्पल जरूर खाओ। तो मैं जिवें पहला गल की है कैंसर दे रिस्क नू भी ये घटांदा है, सो साडे दंदा लई भी बहुत वधिया है, नाल दी नाल शुगर कंट्रोल दे विच भी ये मदद करदा है। जेकर तुसी रोजाना एप्पल खांदे हो तो तुहानू शुगर होण दी संभावना 28% घट हुंदी है। इस विच मौजूद तत् शरीर दे विच ग्लूकोज की कमी नू पूरा करदे हन जिस नाल तुहानू इंसुलिन लैण दी जरूरत ही नहीं पवेगी। सो वजन भी संतुलित रखता है एप्पल। मोटापा तो कई बीमारियों की जड़ है, असी सारे जानते हाँ। इसनों घट करना साढ़े लिए एक वड्डी सरदर्दी है। सो लोग भार घटाना चाहते हैं, वह हमेशा ये सोचते हैं कि वह की खा सकते हैं तो की नहीं, अपनी भुख किवें पूरी की जाए। सो सेब दे विच फाइबर ज़्यादा होंदा है जिस कारण भार नहीं वधदा। ते अखीर विच ये गल कहूंगी कि सेब खाने दे नाल चेहरे दे काले धब्बे दूर होंदे हन, चेहरे ते निखार आंदा है ते तुसी सेहतमंद दिखाई देंदे हो। सो अगर तुसी हुण तक भी ये वीडियो शेयर नहीं कीती है ते तुहानूं लगदा है कि वाकई अपने फैमिली मैंबर नूं या अपने किसी खास नूं भी सेब दे सारे गुण जरूर दसने चाहिए ने, तो इस वीडियो नूं शेयर भी जरूर कर दो। हुण तक जेकर तुसी यूट्यूब चैनल हैल्थ एडवाइस विद हरजोत कौर नूं सबसक्राइब नहीं कीता है तो फटाफट सबसक्राइब भी कर दो। नोटिफिकेशंस दे लई बैल आइकन नूं भी दबा दो ताकि तुहानू जदों भी मैं वीडियो अपलोड करा टाइमली तुहानू जरूर मिल जाए। ते अगों भी तुहाडे लई होर पॉडकास्ट लैके आंदे रहांगे जिस विच तुहानू चंगीआं चंगीआं चीज़ां दसदे रहांगे कि किवें तुसी अपनी जिंदगी दे विच चंगीआं ईटिंग हैबिट्स लैके आओ ते खुद नूं हैल्दी रखो, अपनी फैमिली नूं हैल्दी रखो। अज दे पॉडकास्ट विच इन्ना ही, जल्दी ही फिर मिलांगे। सत श्री अकाल।